ਸਾਰੇ ਸੰਗਰੂਰ ਨਿਵਾਸੀਆਂ ਦਾ ਜੀ। ਵੈਸੇ ਤਾਂ ਸਮੂਹ ਸੰਗਰੂਰ ਲੋਕ ਸਭਾ ਵਿੱਚ ਇਸੇ ਤਰ੍ਹਾਂ ਹੀ ਪਿਆਰ ਮਿਲਿਆ ਪਿੰਡਾਂ ਦੇ ਵਿੱਚ, ਔਰ ਮੈਨੂੰ ਬੜਾ ਇਸ ਗੱਲ ਦਾ ਫਕਰ ਆ ਕਿ ਲੋਕਾਂ ਨੇ ਮੇਰੇ ਕੰਮ ਦੀ ਬਹੁਤ ਕੀਮਤ ਪਾਈ। ਜੋ ਮੈਂ 3 ਦਹਾਕਿਆਂ ਤੋਂ ਲੜ ਰਿਹਾ ਸੀ, ਜੋ ਗੌਰਮੈਂਟਾਂ ਮੇਰੇ 'ਤੇ ਪਰਚੇ ਕਰ ਰਹੀਆਂ ਸੀ, ਆਪਣੇ ਵੱਲੋਂ ਉਹ ਦਬਾ ਰਹੀਆਂ ਸੀ, ਲੇਕਿਨ ਉਸ ਈਸ਼ਵਰ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਲੋਕਾਂ ਦੀ ਕਚਹਿਰੀ ਵਿੱਚ ਚੜ ਰਿਹਾ ਸੀਗਾ। ਔਰ ਕਿਤੇ ਨਾ ਕਿਤੇ ਮੇਰੇ ਸੰਗਰੂਰ ਆਉਣ ਤੋਂ ਪਹਿਲਾਂ ਸੰਗਰੂਰ ਦੇ ਵੋਟਰ ਨੂੰ ਮੇਰੇ ਕਿਰਦਾਰ ਦਾ, ਮੇਰੇ ਕੰਮ ਦਾ ਪਤਾ ਸੀਗਾ। ਇਸ ਲਈ ਜਿਹੜੇ ਮੇਰੇ ਕੋਲ ਵੋਟ ਪੈਣੀ ਆ ਉਹ ਕਾਂਗਰਸ ਪਾਰਟੀ ਦੇ ਕੇਡਰ ਨੇ ਤਾਂ ਬਹੁਤ ਉੱਭਰ ਕੇ ਪਾਉਣੀ ਆ, ਕਿਉਂਕਿ ਮੇਰੇ ਨਾਲ ਪਿਆਰ ਕਰਦੇ ਨੇ। ਉਹਨਾਂ ਨੂੰ ਪਤਾ ਕਿ ਮੈਂ ਉਹਨਾਂ ਦੀ ਹਿਫਾਜ਼ਤ ਕਰੂੰਗਾ, ਮੈਂ ਉਹਨਾਂ ਦੇ ਸਾਹਮਣੇ ਉਹਨਾਂ ਦੇ ਅੱਗੇ ਇੱਕ ਦੀਵਾਰ ਦੀ ਤਰ੍ਹਾਂ ਕੰਧ ਬਣ ਕੇ ਖੜੂੰਗਾ। ਲੇਕਿਨ ਇਸ ਤੋਂ ਇਲਾਵਾ ਜਿਹੜੇ ਅਕਾਲੀ ਵੀਰ ਨੇ ਪਿੰਡਾਂ 'ਚ, ਕਿਉਂਕਿ ਮੈਂ ਸਿੱਖਾਂ ਦੇ ਪੰਥਕ ਇਸ਼ੂਜ਼ ਵੀ ਬਹੁਤ ਉਠਾਏ, ਉਹ ਵੀ ਮੈਨੂੰ ਬਹੁਤ ਪਿਆਰ ਕਰਦੇ ਨੇ। ਜਿਹੜੇ ਕੰਮ ਅਕਾਲੀ ਦਲ ਨੂੰ ਕਰਨੇ ਚਾਹੀਦੇ ਸੀ, ਮਿਸਾਲ ਦੇ ਤੌਰ 'ਤੇ ਜਿਹੜਾ ਹਿਮਾਚਲ ਪ੍ਰਦੇਸ਼ ਦੀ ਤਰਜ਼ 'ਤੇ ਮੈਂ ਬਿੱਲ ਪੇਸ਼ ਕੀਤਾ ਸਪੀਕਰ ਕੋਲ ਕਿ ਸਾਡੇ ਪੰਜਾਬ ਦੇ ਵਿੱਚ ਬਿਨਾਂ ਇਜਾਜ਼ਤ ਗੈਰ ਪੰਜਾਬੀਆਂ ਨੂੰ ਆਉਣ 'ਤੇ ਇੱਕ ਸ਼ਰਤਾਂ ਰੱਖੀਆਂ ਜਾਣ, ਜਿਵੇਂ ਹਿਮਾਚਲ ਪ੍ਰਦੇਸ਼ 'ਚ ਆ, ਗੁਜਰਾਤ 'ਚ ਆ, ਉੱਤਰਾਖੰਡ 'ਚ ਆ। ਕਿਉਂਕਿ ਸਾਡੀਆਂ ਸਾਰੀ ਸਰਕਾਰੀ ਨੌਕਰੀਆਂ ਇਸ ਕਾਨੂੰਨ ਨਾ ਹੋਣ ਦੇ ਕਰਕੇ ਬਾਹਰਲੇ ਸੂਬਿਆਂ ਦੇ ਲੋਕ ਲੈ ਕੇ ਜਾ ਰਹੇ ਨੇ। ਇਸ ਗੱਲ ਦੀ ਬਹੁਤ ਸਰਾਹਨਾ ਕੀਤੀ, ਹਾਲਾਂਕਿ ਪ੍ਰਧਾਨ ਮੰਤਰੀ ਸਾਹਿਬ ਨੇ ਇਹਦੇ 'ਤੇ ਮਜ਼ਾਕ ਉਡਾਇਆ ਕਿ ਬਿਹਾਰੀਓਂ ਕੋ ਕਾ ਬਹਿਸ਼ਕਾਰ ਕਰਨੇ ਕੀ ਬਾਤ ਕਰਤੇ ਹੈ ਕਾਂਗਰਸ ਕੇ ਲੀਡਰਸ ਪੰਜਾਬ ਸੇ। ਮੈਂ ਬਹਿਸ਼ਕਾਰ ਵਰਡ ਨਹੀਂ ਯੂਜ਼ ਕੀਤਾ, ਮੈਂ ਬਿਹਾਰ ਵਰਡ ਨਹੀਂ ਯੂਜ਼ ਕੀਤਾ। ਮੈਂ ਜਦੋਂ ਕਹਿੰਦਾ ਕਿ ਗੈਰ ਪੰਜਾਬੀਆਂ ਨੂੰ ਖੁੱਲ੍ਹਾ ਸੱਦਾ ਵਾ, ਆਓ ਪੈਸੇ ਕਮਾਓ, ਪਰਿਵਾਰ ਪਾਲੋ, ਤੁਸੀਂ ਸਾਡੇ ਭਰਾ ਹੋ, ਲੇਕਿਨ ਹਰ ਸੂਬੇ ਦੀ ਆਪਣੀ ਪਹਿਚਾਣ ਹੈ, ਹਰ ਸੂਬੇ ਦੀ ਆਪਣੀ ਭਾਸ਼ਾ ਹੈ, ਹਰ ਸੂਬੇ ਦਾ ਆਪਣਾ ਸੱਭਿਆਚਾਰ ਹੈ। ਤਾਂ ਕਰਕੇ ਹਿਮਾਚਲ ਪ੍ਰਦੇਸ਼ ਨੇ ਔਰ ਗੁਜਰਾਤ ਨੇ ਔਰ ਹੁਣ ਉੱਤਰਾਖੰਡ ਨੇ ਇਹੀ ਕਾਨੂੰਨ ਬਣਾਇਆ ਜੋ ਮੈਂ ਕਹਿ ਰਿਹਾ, ਔਰ ਉਹਦੇ ਨਾਲ ਕੀ ਹੋਵੇਗਾ ਕਿ ਸਾਡੀਆਂ ਸਰਕਾਰੀ ਨੌਕਰੀਆਂ ਦੂਸਰੇ ਸੂਬੇ ਦੇ ਲੋਕਾਂ ਨਹੀਂ ਲੈ ਕੇ ਜਾਣਗੇ, ਸਾਡੀ ਆਬਾਦੀ ਦਾ ਸੰਤੁਲਨ ਬਚਿਆ ਰਹੇਗਾ, ਸਾਡੀ ਭਾਸ਼ਾ ਦਾ ਸੰਤੁਲਨ ਬਚਿਆ ਰਹੇਗਾ। ਭਗਵੰਤ ਮਾਨ ਨੇ ਵੀ ਇਹਦਾ ਮਜ਼ਾਕ ਉਡਾਇਆ ਕਿ ਐਂ ਤਾਂ ਫਿਰ ਸਾਡੇ ਅਮਰੀਕਾ ਅਤੇ ਕੈਨੇਡਾ ਜਾਂਦੇ ਨੇ ਲੋਕ। ਮੇਰਾ ਖਿਆਲ ਇਹ ਉਹਦਾ ਮੂਰਖਤਾਈ ਵਾਲਾ ਸਟੇਟਮੈਂਟ ਸੀ। ਜਿਹੜਾ ਵੀ ਬੱਚਾ ਕੈਨੇਡਾ ਅਮੈਰੀਕਾ ਜਾਂਦਾ, ਉਹ ਪਹਿਲਾਂ ਪਾਸਪੋਰਟ ਲੈਂਦਾ, ਫਿਰ ਵੀਜ਼ਾ ਲੈਂਦਾ, ਫਿਰ ਉੱਥੇ ਜਾ ਕੇ PR ਅਪਲਾਈ ਕਰਦਾ, 3-4 ਸਾਲ 5 ਸਾਲ ਵੇਟ ਕਰਦਾ, 25-30-40 ਲੱਖ ਰੁਪਇਆ ਸਰਕਾਰ ਨੂੰ ਦੇ ਕੇ ਫਿਰ ਨਾਗਰਿਕ ਬਣਦਾ। ਆਲ ਦੈਟ ਆਈ ਐਮ ਸੇਇੰਗ ਇਜ਼, ਅਤੇ ਇਹ ਸਾਡੇ ਪੰਜਾਬ ਦੇ ਵਿੱਚ ਜੀ ਸੱਦ ਕੇ ਆਓ, ਪੱਕੇ ਵੀ ਵਸੋ, ਨੌਕਰੀਆਂ ਵੀ ਲਵੋ, ਬਟ ਜਸਟ ਕੰਪਲੀਟ ਆਲ ਦਾ ਫੋਰਮੈਲਿਟੀਜ਼ ਜਿਹੜੀਆਂ ਹਿਮਾਚਲ, ਉੱਤਰਾਖੰਡ ਔਰ ਗੁਜਰਾਤ। ਔਰ ਅਗਲੀ ਗੱਲ, ਲਾਸਟ, ਪ੍ਰਾਈਮ ਮਿਨਿਸਟਰ ਸਾਹਿਬ ਜਦੋਂ ਬਿਹਾਰ ਨੂੰ ਉਹਨਾਂ ਨੂੰ ਚੜ੍ਹਾ ਰਹੇ ਸੀ ਬਿਹਾਰੀਆਂ ਨੂੰ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕੱਚ ਦੇ ਇਲਾਕੇ 'ਚੋਂ ਸਿੱਖ ਅਤੇ ਪੰਜਾਬੀ ਕਿਸਾਨਾਂ ਨੂੰ ਕਿਉਂ ਕੱਢਿਆ ਉੱਥੋਂ? ਤੁਹਾਡੇ ਜ਼ਰੀਏ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ 1960 ਦੇ ਦਹਾਕੇ 'ਚ ਲਾਲ ਬਹਾਦੁਰ ਸ਼ਾਸਤਰੀ, ਪ੍ਰਾਈਮ ਮਿਨਿਸਟਰ ਆਫ ਇੰਡੀਆ, ਉਹਨਾਂ ਨੇ ਇੱਕ ਸੱਦਾ ਦਿੱਤਾ ਸੀ ਪੰਜਾਬ ਦੇ ਕਿਸਾਨਾਂ ਨੂੰ ਕਿ ਤੁਸੀਂ ਆਓ, ਕੱਚ ਦਾ ਇਲਾਕਾ ਆਬਾਦ ਕਰੋ, ਸਾਰੇ ਜੰਗਲ ਹਨ, ਅਸੀਂ ਤੁਹਾਨੂੰ ਥੋੜ੍ਹੇ ਜਿਹੇ ਪੈਸਿਆਂ ਨਾਲ ਉਹਨਾਂ ਦੀ ਮਲਕੀਅਤ ਦੇਵਾਂਗੇ। ਉਹਨਾਂ ਨੂੰ ਮੇਰੇ ਖਿਆਲ 500-500 ਰੁਪਏ ਕਿੱਲੇ ਨਾਲ ਮਾਲਕ ਬਣਾਤਾ। ਇਹਨਾਂ ਨੇ 60 ਸਾਲ ਪੰਜਾਬੀਆਂ ਨੇ, ਸਿੱਖਾਂ ਨੇ, ਕਿਸਾਨਾਂ ਨੇ ਮਿਹਨਤ ਕੀਤੀ, ਆਪਣਾ ਖੂਨ ਪਸੀਨਾ ਵਾਇਆ, ਜ਼ਮੀਨਾਂ ਆਬਾਦ ਕੀਤੀਆਂ। ਜਦੋਂ ਆਬਾਦ ਹੋ ਗਈਆਂ, ਗੁਜਰਾਤ ਦੀ BJP ਸਰਕਾਰ ਨੇ ਉਹਨਾਂ ਦੇ ਮਲਕੀਅਤ ਦੇ ਹਕੂਕ ਰੱਦ ਕਰ ਦਿੱਤੇ। ਫਿਰ ਉਹ ਹਾਈਕੋਰਟ ਅਹਿਮਦਾਬਾਦ ਗੁਜਰਾਤ ਗਏ, ਹਾਈਕੋਰਟ ਨੇ ਉਹਨਾਂ ਦੇ ਮਲਕੀਅਤ ਦੇ ਅਧਿਕਾਰ ਬਹਾਲ ਕਰਤੇ। BJP ਨੇ ਇੰਨੀ ਨਫ਼ਰਤ ਦੀ ਭਾਵਨਾ ਕਿ ਸੁਪਰੀਮ ਕੋਰਟ ਵਿੱਚ SLP ਪਾ ਕੇ ਹਾਈਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ। ਦੈਟ ਸ਼ੋਜ਼ ਕਿ ਪ੍ਰਾਈਮ ਮਿਨਿਸਟਰ ਸਾਹਿਬ ਸਿਰਫ ਬਿਹਾਰ ਵਿੱਚ ਸਿਆਸੀ ਦਾਅ ਪੇਚ ਖੇਡ ਰਹੇ ਸੀਗੇ, ਜਦਕਿ ਉਹਨਾਂ ਨੂੰ ਪਤਾ ਕਿ ਗੁਜਰਾਤ ਵਿੱਚ ਵੀ ਕੋਈ ਬਿਹਾਰੀ
ਪੱਕੇ ਤੌਰ ਤੇ ਨਾਗਰਿਕ ਨਹੀਂ ਬਣ ਸਕਦਾ ਔਰ ਸਾਡੇ ਕਿਸਾਨਾਂ ਨੂੰ ਗੁਜਰਾਤ ਚੋਂ ਕਿਉਂ ਕੱਢਿਆ ਇਹਦਾ ਜਵਾਬ ਭਾਜਪਾ ਦੇਵੇ। ਬਹੁਤ ਅੱਛਾ ਸੀ ਜੀ, ਤੁਸੀਂ ਦੇਖ ਹੀ ਰਹੇ ਹੋ, ਲੋਕਾਂ ਨੇ ਫੁੱਲ ਬਰਸਾਏ, ਦੁਕਾਨਦਾਰ ਬਹੁਤ ਖੁਸ਼ ਸੀਗੇ, ਉਹਨਾਂ ਦੇ ਬੱਚਿਆਂ ਨੇ ਮੇਰੇ ਗੱਲ ਛਾਰ ਪਾਏ, ਦੁਕਾਨਦਾਰਾਂ ਨੇ ਕਿਸੇ ਨੇ ਕੇਕ ਕਟਾਇਆ, ਕਿਸੇ ਨੇ ਗੋਲ ਗੱਪੇ ਖਵਾਏ, ਕਿਸੇ ਨੇ ਬਰਫੀ ਖਵਾਈ, ਉਹਨਾਂ ਦਾ ਮੈਂ ਦੇਣ ਨਹੀਂ ਦੇਖ ਸਕਦਾ। ਜਿਹੜਾ ਇਹ ਮਿੱਥ ਹੈ ਨਾ ਕਿ ਸ਼ਹਿਰ ਵਿੱਚ ਸ਼ਾਇਦ ਬੀਜੇਪੀ ਨੂੰ ਵੋਟ ਬਹੁਤ ਗਲਤ ਆ, ਕਾਂਗਰਸ ਦਾ ਬਹੁਤ ਵੱਡਾ ਵੋਟ ਬੈਂਕ ਸ਼ਹਿਰਾਂ 'ਚ ਆ, ਉਹਨਾਂ ਨੂੰ ਪਤਾ ਵਾ ਕਿ ਅਗਰ ਖਹਿਰਾ ਇੱਥੋਂ ਲੜੇਗਾ ਉਹ ਦੁਕਾਨਦਾਰ ਦੀ ਔਰ ਵਪਾਰੀਆਂ ਦੀ ਉਨੀ ਹਿਫਾਜ਼ਤ ਹੀ ਕਰੇਗਾ ਜਿੰਨੀ ਕਿਸੇ ਪੇਂਡੂ ਦੀ ਹਿਫਾਜ਼ਤ ਕਰੇਗਾ। ਇਸ ਗੱਲ ਦਾ ਉਹਨਾਂ ਨੂੰ ਮੇਰੇ 'ਤੇ ਭਰੋਸਾ ਔਰ ਮੈਂ ਹਰ ਬੇਇਨਸਾਫੀ ਦੇ ਖਿਲਾਫ ਲੜਦਾ ਵਾਂ। ਆਈ ਡੋ ਨੋਟ ਸੀ ਵੋਟ ਰਿਲੀਜਨ ਇਟ ਇਜ਼, ਵੋਟ ਕਾਸਟ ਇਟ ਇਜ਼, ਵੋਟ ਹੂ ਦ ਪਰਸਨ ਇਜ਼। ਮੇਰਾ ਫਰਜ਼ ਆ, ਮੈਨੂੰ ਸੰਸਕਾਰਾਂ 'ਚ ਮਿਲਿਆ ਕਿ ਜੇ ਕਿਸੇ ਨਾਲ ਜ਼ੁਲਮ ਹੁੰਦਾ ਮੈਂ ਉਹਦੀ ਹਿਫਾਜ਼ਤ ਕਰਨੀ, ਚਾਹੇ ਉਹ ਬਾਜੀਗਰ ਬਰਾਦਰੀ ਹੈ, ਚਾਹੇ ਕੋਈ ਹਿੰਦੂ ਭਾਈਚਾਰਾ, ਖੱਤਰੀ, ਰੋੜੇ, ਮੁਸਲਮਾਨ, ਈਸਾਈ, ਦਲਿਤ, ਆਦਿਵਾਸੀ, ਸਿੱਖ, ਇਟ ਇਜ਼ ਮਾਈ ਡਿਊਟੀ। ਓਕੇ।